ਹਾਂਜੀ ਕਿੱਦਾਂ ਸਾਰੇ ਤੇ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਪੰਜਾਬ ਚ ਮੁੱਦਾ ਚੱਲ ਰਿਹਾ ਜੀ ਰੀਨਾ ਰਾਏ ਦਾ ਹਾਂਜੀ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਦਾ ਆ ਤੇ ਕੁਝ ਤੁਹਾਨੂੰ ਤਸਵੀਰਾਂ ਦਿਖਾਉਣਾ ਆ ਤੇ ਤੁਸੀਂ ਦੱਸਿਓ ਕਮੈਂਟਾਂ ਚ ਜੇ ਤਾਂ ਰੀਨਾ ਰਾਏ ਸੱਚੀ ਆ ਤੁਸੀਂ ਲਿਖੋ ਇਹ ਕਮੈਂਟਾਂ ਚ ਜੇ ਉਹ ਝੂਠੀ ਵੀ ਲਿਖਿਓ ਤਾ ਜੋ ਨਿਤਾਰਾ ਹੋ ਜਾਣਾ ਕੌਣ ਸੱਚਾ ਕੌਣ ਝੂਠਾ ਪਰ ਕੁਝ ਚੀਜ਼ਾਂ ਮੈਂ ਨਹੀਂ ਤੁਹਾਡੇ ਸਾਹਮਣੇ ਰੱਖਦਾ ਆ ਤੁਹਾਨੂੰ ਆਈਡੀਆ ਹੋ ਜਾਣਾ ਕੌਣ ਸੱਚਾ ਕੌਣ ਝੂਠਾ ਇੱਕਦਮ ਨਰੀਨਾ ਨੇ ਇੰਨੀ ਇੰਟਰਵਿਊ ਕਿਉਂ ਕਰ ਰਹੀ ਆ ਬੀਕ ਚ ਯੂ ਨੇ ਕਈ ਇੰਟਰਵਿਊ ਕਰਤੀਆਂ ਉਧਰੋਂ ਬਾਈ ਦੀਪ ਸਿੱਧੂ ਦੇ ਆਪਣੇ ਵੀਰੇ ਦੇ ਵੀ ਬਿਆਨ ਆਉਂਦੇ ਉਹਨਾਂ ਦੇ ਭਰਾ ਦੇ ਹਾਂਜੀ ਤੇ ਤੁਹਾਨੂੰ ਦਿਖਾਉਣਾ ਦੀਪ ਸਿੱਧੂ ਦਾ ਪੇਜ ਕੌਣ ਚਲਾ ਰਿਹਾ ਫੇਸਬੁੱਕ ਤਾਂ ਤੇ ਬਾਕੀ ਜਿਹੜੇ ਗਾਲਾਂ ਵਾਲੇ ਰੱਖਿਓ ਆ ਹਾਂਜੀ ਕਈਆਂ ਨੇ ਪਤਾ ਹੀ ਆ ਕਿਹਨਾਂ ਨੇ ਨਾਂ ਦਾ ਉਹਨਾਂ ਦਾ ਕੀ ਲੈਣਾ ਸਵੇਰੇ ਸਵੇਰੇ ਤੇ ਉਹਨਾਂ ਦੀਆਂ ਫੇਕ ਆਈਡੀਆਂ ਹੁੰਦੀਆਂ ਆ ਐਮੀ ਧਾਰਮਿਕ ਫੋਟਮਾ ਲਾ ਕੇ ਹਾਂਜੀ ਉਹਨਾਂ ਦੀ ਗੱਲ ਬਾਅਦ ਚ ਕਰਦੇ ਪਹਿਲਾਂ ਕੋਈ ਤਸਵੀਰਾਂ ਦਿਖਾਉਣਾ ਤੁਹਾਨੂੰ ਤੇ ਬਾਕੀ ਕਲਾੰਟਾਂ ਜਰੂਰ ਦੱਸਿਓ ਜੇ ਤੁਹਾਨੂੰ ਫੀਲ ਹੁੰਦਾ ਰੀਨਾਰਾ ਇਹ ਸੱਚੀ ਆ ਇਹ ਲਿਖਿਓ ਜੇ ਝੂਠੀ ਵੀ ਤੇ ਆ ਜਿਹੜਾ ਦਲਜੀਤ ਕਲਸੀ ਆ ਕਮੈਂਟੂ ਦਾ ਵੀ ਦਿਖਾਉਣਾ ਉਹ ਭਰਾਵਾ ਤੂੰ ਬਹੁਤ ਠੱਗੀਆਂ ਮਾਰੀਆਂ ਪਹਿਲਾਂ ਕਿੱਟੀ ਪਾਰਟੀਆਂ ਜਾਂ ਹੋਰ ਵੀ ਮੇਰੇ ਕੋਲ ਤਸਵੀਰਾਂ ਸੀ ਉਹ ਗਵਾਚ ਗਿਆ ਜੇ ਕਿਸੇ ਕੋਲ ਦਲਜੀਤ ਕਲਸੀ ਦੀਆਂ ਪੁਰਾਣੀਆਂ ਤਸਵੀਰਾਂ ਆ ਇਹਨੇ ਠੱਗੀਆਂ ਕਰੋੜਾਂ ਦੀਆਂ ਕੀਤੀਆਂ ਮੈਂ ਜਰੂਰ ਭੇਜਿਓ ਫੋਟੋਆਂ ਦੇਖਿਓ ਕੁਛ ਤੁਹਾਨੂੰ ਆਈਡੀਆ ਹੋ ਜਾਣਾ ਵੀ ਕੌਣ ਸੱਚਾ ਕੌਣ ਝੂਠਾ ਮੈਂ ਤੁਹਾਨੂੰ ਦਿਖਾਉਣਾ ਤੇ ਬਾਕੀ ਮਹਾਲੀ ਵਾਲਾ ਮੋਰਚਾ ਕਿੱਧਰ ਗਿਆ ਹਾਂਜੀ ਉਹ ਤਾਂ ਕਿਸੇ ਨੂੰ ਚੇਤ ਜੇ ਤੈਨ ਵੀ ਬੰਦੀ ਸਿੰਘਾਂ ਦੀ ਰਿਹਾਈ ਲਈ ਵੀ ਮੋਰਚਾ ਲੱਗਾ ਆ ਤਸਵੀਰਾਂ ਦੇਖੋ ਸ਼ੇਅਰ ਵੀ ਕਰੀ ਚਲੋ ਵੀਡੀਓ ਹਾਂਜੀ ਤੇ ਬਾਕੀ ਜਿਹੜੀਆਂ ਭੇਡਾਂ ਗਾਲਾਂ ਦਿੰਨੀਆਂ ਉਹਨਾਂ ਦੀ ਤਾਂ ਕਰਾਗੇ ਰੱਖਣੀ ਹਾਂਜੀ ਚਲੋ ਦੀਪ ਸਿੱਧੂ ਜਿਹੜਾ ਇਨਸਾਨ ਜਹਾਨ ਤੋਂ ਤੁਰ ਗਿਆ ਉਹਨੂੰ ਤਾਂ ਆਪਾਂ ਮਾੜਾ ਚੰਗਾ ਨਹੀਂ ਕਹਿਣਾ ਪਰ ਉਸ ਦਾ ਪੇਜ ਹੈ ਜਿਹੜਾ ਫੇਸਬੁੱਕ ਦਾ ਪਹਿਲਾਂ ਦੀਪ ਸਿੱਧੂ ਦੋ ਚੀਜ਼ਾਂ ਫੋਲੋ ਕਰਦਾ ਸੀ ਇੱਕ ਸਿੱਖੀ ਦਾ ਪੇਜ ਸੀਗਾ ਤੇ ਇੱਕ ਹੋਰ ਪੇਜ ਸੀ ਦੇਖ ਸਕਦੇ ਆ ਦੀਪ ਸਿੱਧੂ ਦਾ ਪੇਜ 560000 ਫੋਲੋਅਰ ਤੁਸੀਂ ਵੀ ਚੈੱਕ ਕਰ ਸਕਦੇ ਆ ਫੇਸਬੁੱਕ ਤੇ ਦੀਪ ਸਿੱਧੂ ਦਾ ਪੇਜ ਠੀਕ ਹੈ ਜੀ ਦੋ ਜਣਿਆਂ ਨੂੰ ਫੋਲੋ ਕਰਦਾ ਸੀ ਜਦੋਂ ਉਹ ਆਪ ਚਲਾਉਂਦਾ ਸੀ ਇਸ ਵੇਲੇ ਦੀਪ ਸਿੱਧੂ ਦਾ ਪੇਜ ਕੌਣ ਚਲਾ ਰਿਹਾ ਇਸ ਵੇਲੇ ਦੀਪ ਸਿੱਧੂ ਦੇ ਪੇਜ ਤੇ ਹੈਗੇ ਆ 563000 ਫੋਲੋਅਰ ਤੇ ਇੱਕ ਜਣੇ ਨੂੰ ਫੋਲੋ ਕਰ ਰਿਹਾ ਇਹ ਵਾਲਾ ਪੇਜ ਕਿਸ ਨੂੰ ਫੋਲੋ ਕਰ ਰਿਹਾ ਆ ਫੋਲੋ ਕਰ ਰਿਹਾ ਜੀ ਰੀਨਾ ਰਾਏ ਨੂੰ ਸੋ ਜਿਹੜੀ ਇਸ ਪੇਜ ਤੇ ਲਾਸਟ ਪੋਸਟ ਸੀ ਉਹ ਸੀਗੀ 7 ਤਰੀਕ ਦੀ ਦੂਜੇ ਮਹੀਨੇ ਦੀ ਤੇ ਪੋਸਟ ਵੀ ਕੀ ਸੀ ਰੀਨਾ ਰਾਏ ਆਪਣੀ ਸਫਾਈ ਦੇ ਰਹੀ ਆ ਭਈ ਬਾਈ ਜੀ ਮੈਂ ਸੱਚੀ ਆ ਦੇਖੋ ਦੇਖ ਸਕਦੇ ਤੁਸੀਂ ਵੀ ਆਪਣੇ ਤੌਰ ਤੇ ਕਿਤੇ ਗਿਆ ਨਹੀਂ ਦੀਪ ਸਿੱਧੂ ਦਾ ਪੇਜ ਫੇਸਬੁੱਕ ਤੇ ਦੋ ਇੱਕ ਜਣੇ ਨੂੰ ਫੋਲੋ ਕਰ ਰਿਆ ਪਹਿਲਾਂ ਇੱਕ ਸਿੱਖੀ ਦਾ ਪੇਜ ਸੀ ਉਸ ਨੂੰ ਵੀ ਫੋਲੋ ਕਰ ਰਿਆ ਸੀ ਹੁਣ ਉਹ ਪੇਜ ਅਨਫੋਲੋ ਕਰਤਾ ਆ ਕੱਲੀ ਰੀਨਾ ਰਾਏ ਨੂੰ ਫੋਲੋ ਕਰ ਰਿਆ ਦੀਪ ਸਿੱਧੂ ਵਾਲਾ ਪੇਜ ਸੋ ਸਵਾਲ ਇਹ ਆ ਕੀ ਉਹ ਵਾਲਾ ਪੇਜ ਚਲਾ ਗੋਣ ਰਿਆ ਪੋਸਟਾਂ ਪੈ ਰਹੀਆਂ ਤੁਹਾਨੂੰ ਫੇਰ ਦੱਸਿਆ 7 ਤਰੀਕ ਨੂੰ ਪੋਸਟ ਪਈ ਰੀਨਾ ਰਾਏ ਦੀ ਆਪਣੀ YouTube ਦਾ ਲਿੰਕ ਪਾਇਆ ਇਹਨੇ ਸਫਾਈ ਦੇ ਰਹੀ ਆ ਸੋ ਗੱਲ ਇੱਥੇ ਆ ਜਾਂਦੀ ਏ ਜਿਹੜਾ ਦੀਪ ਸਿੱਧੂ ਦਾ ਪੇਜ ਚਲਾ ਰਿਆ ਰੀਨਾ ਰਾਏ ਸੋ ਉਹ ਦੇ ਘਰ ਦੇ ਕਿਉਂ ਨਹੀਂ ਚਲਾ ਰ ਹੈ ਉਸ ਦੀ ਜਥੇਬੰਦੀ ਵਾਲੇ ਕਿਉਂ ਨਹੀਂ ਚਲਾ ਰ ਬਹੁਤ ਸਵਾਲ ਆ ਹਾਂਜੀ ਤੇ ਹੋਰ ਤੁਹਾਨੂੰ ਦਿਖਾਉਣਾ ਤਸਵੀਰਾਂ ਤੇ ਬਾਕੀ ਫਿਰ ਉਹੀ ਗੱਲ ਆ ਕਮੈਂਟ ਮੈਂ ਫਿਰ ਪੋਸਟ ਕਰੂੰਗਾ ਪਾਰਨ ਤਾਰਾ ਹੁਣ ਬਾਈ ਜੀ ਉਹੀ ਗੱਲ ਇਹਨਾ ਪੱਲੇ ਵਿਚਾਰਿਆਂ ਨੇ ਹੈਗੀ ਗਾਲਾਂ ਹੀ ਆ ਉਹ ਵੀ ਫੇਕ ਆਈਡੀਆ ਤੋਂ ਹਾਂਜੀ ਤੁਸੀਂ ਇਹ ਜਿਹੜੇ ਲੋਕ ਗਾਲਾਂ ਵਾਲੇ ਦੇਖਿਓ ਨੇ ਇਹ ਆਈਡੀਆ ਦੇ ਇਹਨੇ ਆਪਣੀ ਆਈਡੀ ਤੇ ਲੋਕ ਲਾਇਆ ਹੁੰਦਾ ਆ ਹਾਂਜੀ ਨਾਂ ਵੀ ਫੇਕ ਜਿਆ ਹੁੰਦਾ ਤੇ ਫੋਟੋ ਤਾਂ ਤੁਹਾਨੂੰ ਪਤਾ ਸਿੱਖੀ ਨੂੰ ਬਦਨਾਮ ਕਰਨ ਲਈ ਜਾਂ ਨਿਸ਼ਾਨ ਸਾਹਿਬ ਦੀ ਜਾਂ ਦੀਪ ਸਿੱਧੂ ਦੀ ਜਾਂ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦੀ ਉਹਨਾਂ ਦੀਆਂ ਤਸਵੀਰਾਂ ਲਾ ਕੇ ਗਾਲਾਂ ਦਿੰਦੇ ਆ ਇਹ ਹੁਣ ਤੁਹਾਨੂੰ ਪਤਾ ਹੀ ਆ ਕੌਣ ਆ ਤੇ ਕੀ ਦੀਆਂ ਭੇਡਾਂ ਆ ਤੇ ਉਹਨਾਂ ਦੀ ਇਹ ਕਰਾ ਕੇ ਰੱਖਣੀ ਹੁਣ ਇਹਨਾਂ ਨੇ ਇੰਟਰਵਿਊ ਲਈ ਰੀਨਾਰਾਇ ਦੀ ਠੀਕ ਆ ਜੀ ਰੀਨਾਰਾਇ ਕਹਿ ਰਹੀ ਆ ਵੀ ਫੰਡ ਇਕੱਠੇ ਕਰਨ ਲਈ ਬਣਾਤਾ ਸ਼ਹੀਦ ਹਾਂਜੀ ਚਲੋ ਠੀਕ ਆ ਸਭ ਦੇ ਆਪਣੇ ਵਿਚਾਰ ਹੁੰਦੇ ਹਾਂਜੀ ਉਹੀ ਗੱਲ ਆ ਹੁਣ ਤੁਹਾਡੇ ਨਹੀਂ ਵਿਚਾਰ ਮਿਲਦੇ ਠੀਕ ਆ ਤੁਸੀਂ ਵੀ ਪੋਸਟ ਕਰ ਦਿਓ ਹਾਂਜੀ ਹੁਣ ਜਿੱਦਾਂ ਦੀਪ ਸਿੱਧੂ ਦਾ ਭਰਾ ਪੋਸਟ ਕਰ ਹੀ ਰਿਹਾ ਆ ਠੀਕ ਆ ਉਸ ਨੂੰ ਵੀ ਲੋਕ ਸੁਣ ਰਹੇ ਆ ਪਰ ਗਾਲਾਂ ਗਾਲਾਂ ਨਾ ਇਹ ਕਹਿੰਦੇ ਆਪਾਂ ਜੀ ਗਾਲਾਂ ਨਾਲ ਤਖਤ ਜਿੱਤ ਲੈਣੇ ਆ ਸੋ ਇਹ ਨਾ ਔਰਤਾਂ ਨੂੰ ਦੋਨਾਂ ਨੂੰ ਬਹੁਤ ਜ਼ਿਆਦਾ ਗਾਲਾਂ ਦਿੱਤੀਆਂ ਜਾ ਰਹੀਆਂ ਆ ਸੋ ਜੋ ਕਿ ਮਾੜੀ ਗੱਲ ਆ ਠੀਕ ਆ ਤੁਹਾਡੇ ਨਹੀਂ ਮਿਕਚਾਰ ਮਿਲਦੇ ਵੱਖਰੀ ਗੱਲ ਆ ਪਰ ਇੱਕ ਗੱਲ ਨੋਟ ਕਰਨ ਵਾਲੀ ਆ ਹੁਣ ਰੀਨਾ ਰਾਏ ਦੀਆਂ ਮੈਂ ਦੇਖੀਆਂ ਪੋਸਟਾਂ ਪਈ ਇੱਕ ਵੀਕ ਚ ਹੀ ਵੱਖਰੇ ਵੱਖਰੇ ਚੈਨਲਾਂ ਤੇ ਹਾਂਜੀ ਸੋ ਵੱਖਰੇ ਵੱਖਰੇ ਦੇਣ ਵੱਖਰੇ ਵੱਖਰੇ ਕੱਪੜੇ ਇਸ ਵੀਕ ਦੀਆਂ ਹੀ ਇੰਟਰਵਿਊ ਦੇ ਕੁਝ ਸਕਰੀਨਸ਼ਾਟ ਲਏ ਆ ਸੋ ਮੈਂ ਉਹੀ ਗੱਲ ਆ ਮੈਂ ਨਹੀਂ ਕਿਸੇ ਨੂੰ ਕਹਿ ਰਿਹਾ ਵੀ ਉਹ ਸੱਚਾ ਆ ਉਹ ਝੂਠਾ ਆ ਲੋਕਾਂ ਤੇ ਆਪਾਂ ਛੱਡਦਾ ਇਹ ਸਾਰੇ ਸਕਰੀਨਸ਼ਾਟ ਇਸ ਦੀਆਂ ਨਵੀਆਂ ਇੰਟਰਵਿਊ ਚ ਹੀ ਲਏ ਆ ਜਿਹੜੇ ਇਸ ਵੀਕ ਚ ਇੰਟਰਵਿਊ ਇਸ ਦੀਆਂ ਦੜਾ 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 ਲਗਾਤਾਰ ਇੰਟਰਵਿਊ ਇਸ ਦੀਆਂ ਕਿਉਂ ਆ ਰਹੀਆਂ ਆ ਤਰੀਨਾ ਰਾਏ ਨੂੰ ਵੀ ਬੇਨਤੀ ਇੰਟਰਵਿਊ ਦੋ ਜੀ ਸਦਕੇ ਪਰ ਥੋੜਾ ਸਟੈਂਡਰਡ ਵਾਲੇ ਚੈਨਲਾਂ ਨੂੰ ਇੰਟਰਵਿਊ ਦੋ ਜਿਨ੍ਹਾਂ ਦੇ ਐਡਾਂ ਹੀ ਚੱਲਦੀਆਂ ਬਸ਼ੀਕਰਨ ਉਹਨਾਂ ਨੂੰ ਹੀ ਅਪੀਲ ਆ ਬਸ਼ੀਕਰਨ ਰਦੀਨਾ ਰਾਏ ਦਾ ਬਸ਼ੀਕਰਨ ਕਰਕੇ ਸੱਚ ਸੁਣ ਲਓ ਫਿਰ ਹੈ ਸੋ ਰਦੀਨਾ ਰਾਏ ਜੀ ਤੁਹਾਡੇ ਤੱਕ ਮੇਰੀਆਂ ਵੀਡੀਓ ਪਹੁੰਚਦੀਆਂ ਮੈਨੂੰ ਪਤਾ ਤੁਹਾਨੂੰ ਅਪੀਲ ਆ ਥੋੜਾ ਸਟੈਂਡਰਡ ਰੱਖੋ ਠੀਕ ਹੈ ਜਿਹੜੇ ਚੈਨਲ ਵਧੀਆ ਉਹਨਾਂ ਨੂੰ ਇੰਟਰਵਿਊ ਕਰੋ ਤੁਸੀਂ ਤਾਂ ਸਾਰਿਆਂ ਦੇ ਹਾਂਜੀ ਜਿੱਦਾਂ ਵੀ ਹਨਾ ਸੋ ਆ ਦੇਖ ਲਓ ਐਡਾਂ ਚੱਲਦੀਆਂ ਬਸ਼ੀਕਰਨ ਸੌਤਨ ਤੋਂ ਛਟਕਾਰਾ ਸੋ ਇਹਨਾਂ ਦੇ ਆਪਣਾ ਸਫਾਈ ਦੇਣ ਦਾ ਕੋਈ ਫਾਇਦਾ ਨਹੀਂ ਤੇ ਬਾਕੀ ਇਹ ਦਲਜੀਤ ਕਲਸੀ ਦੀ ਵੀ ਸੁਣ ਲਓ ਇਹ ਵੀ ਭਰਾਵਾ ਕਰੀ ਸ਼ਹੀਦ ਭਗਤ ਸਿੰਘ ਨੂੰ ਇਹ ਕਹਿੰਦਾ ਸੀ ਸ਼ਹੀਦ ਭਗਤ ਸਿੰਘ ਵਰਗਾ ਕੋਈ ਛੀ ਦੀ ਨਹੀਂ ਫਿਰ ਜਿੱਦਾਂ ਜਿੱਦਾਂ ਨੂੰ ਲਫਾਵੇ ਨਹੀਂ ਹੁੰਦੇ ਜਿੱਦਾਂ ਨੂੰ ਰੁਖ ਚੇਂਜ ਹੋਇਆ ਉਧਰ ਨੂੰ ਉੱਡ ਕੇ ਸਹੀ ਹੈ ਨਾ ਫਿਰ ਇਹ ਕਹਿੰਦਾ ਸ਼ਹੀਦ ਭਗਤ ਸਿੰਘ ਨਹੀਂ ਫਿਰ ਕਹਿੰਦਾ ਭਗਤ ਸਿੰਘ ਕਹਦਾ ਸ਼ਹੀਦ ਇਸ ਦੀ ਵੀਡੀਓ ਜਿਸ ਦਿਨ ਦੀਪ ਸਿੱਧੂ ਦੀ ਮੌਤ ਹੋਈ ਉਸ ਦਿਨ ਹੀ ਤੇ ਕੁਝ ਹੋਰ ਬਿਆਨ ਸੀ ਹੁਣ ਕਹਿੰਦਾ ਸ਼ਾਰਪ ਸ਼ੂਟਰ ਨੇ ਗੋਲੀ ਮਾਰੀ ਆ 120 ਦੀ ਸਪੀਡ ਤੇ ਗੱਡੀ ਜਾਂਦੀ ਸ਼ਾਰਪ ਸ਼ੂਟਰ ਐ ਸਾ ਕਿਹੜਾ ਆ ਹੈ ਤੇ ਕਹੀ ਜਾਂਦਾ ਮਝੱਲਾ ਨੂੰ ਮਿਲੀ ਰੀਨਾਰਾ ਤੂੰ ਦੱਸ ਦੇ ਤੂੰ ਲੁਕੋਣਾ ਕਹਦੇ ਕਿਹੜੇ ਮਝੱਲਾ ਨੂੰ ਮਿਲੀ ਹੈ ਸਹੀ ਹੈ ਨਾ ਆ ਮੇਰੇ ਬਾਰੇ ਕਹਿ ਰਿਹਾ ਪੀ ਨੂੰ ਕਿਹੜਾ ਸ਼ਰਮਿਆ ਹੁਣ ਭੌਂਕੀ ਜਾਂਦਾ ਮਾਫੀ ਮੰਗੇ ਸਾਡੀ ਜੁੱਤੀ ਦੇ ਉਹ ਜਾ ਭਰਾਵਾ ਕੰਮ ਕਰ ਲੈ ਆਪਣਾ ਪੈਥਰੇ ਤੂੰ ਕਰੋੜਾ ਕਮਾਏ ਪਹਿਲਾਂ ਲੋਕਾਂ ਨੂੰ ਲੁੱਟ ਕੇ ਸੋ ਠੀਕ ਹੈ ਅਮਰਿਤਪਾਲ ਸਹੀ ਹੋ ਸਕਦਾ ਪਰ ਜਿਹੜਾ ਉਹਦਾ ਆਲਾ ਦਵਾਲਾ ਆ ਕੱਲ ਸੀ ਵਰਗੇ ਜਾ ਬਘੇਲੇ ਤੇ ਗਾਂ ਉਹਦੀਆਂ ਭੇਡਾਂ ਉਹਦਾ ਤਾਂ ਅਮਰਤਪਾਲ ਸਿੰਘ ਨੂੰ ਥੋੜਾ ਬਚਾ ਕਰਨਾ ਚਾਹੀਦਾ ਹੈ ਬਾਈ ਜੀ ਸਹੀ ਹੈ ਨਾ ਸੋ ਆ ਕਲਸੀ ਤੇ ਬਘੇਲੇ ਵਰਗਿਆਂ ਤੋਂ ਥੋੜਾ ਗੈਪ ਹੀ ਰੱਖ ਲਵੇ ਪੰਜਾਬ ਦਾ ਵੀ ਫਾਇਦਾ ਅਮਰਤਪਾਲ ਦਾ ਵੀ ਐਦਾਂ ਦਿਆਂ ਨੇ ਡੋਬਣਾ ਆ ਤੇ ਆ ਕਲਸੀ ਮੇਰੇ ਬਾਰੇ ਲਿਖ ਰਿਹਾ ਆ ਹਾਂਜੀ ਉਹੀ ਭੌਂਕੀ ਜਾਏ ਮਾਫੀ ਮੰਗੇ ਸਾਡੀ ਜੁੱਤੀ ਦਿਓ ਜਾਪਰਾਵਾ ਹੈ ਇਹਦੀਆਂ ਫੋਟੋਆਂ ਬਾਈ ਜੀ ਜੇ ਕਿਸੇ ਕੋਲ ਹੈਗੀਆਂ ਇਹਦਾ ਜਾਂ ਕਿਸੇ ਨਾਲ ਇਸਨੇ ਠੱਗੀ ਕੀਤੀ ਆ ਮੇਰੇ ਕੋਲ ਹੈਗੀਆਂ ਸੀ ਯਾਰ ਕਿੱਟੀ ਪਾਰਟੀਆਂ ਚਿੱਟ ਫੰਡ ਹੈਦਾਂ ਕਰ ਕਰਕੇ ਇਸਨੇ ਕਰੋੜਾਂ ਲੁੱਟੇ ਆ ਉਹ ਮੈਨੂੰ ਪਤਾ ਆ ਮੈਂ ਸਾਂਭੀਆਂ ਵੀ ਸੀ ਫੋਨ 'ਚ ਮੈਂ ਕਿਹਾ ਮੌਕਾ ਜੇ ਦਿਖਾਵਾਂਗੇ ਉਹ ਪਿੱਤੋਂ ਪਤਾ ਨਹੀਂ ਕਿੱਧਰ ਚਲ ਗਈਆਂ ਸੋ ਰਿਕਵੈਸਟ ਹੈ ਜੇ ਕਿਸੇ ਕੋਲ ਹੈਗੀਆਂ ਮੈਨੂੰ ਪੇਜ ਤੇ ਭੇਜਣ ਦੀ ਕਿਰਪਾਲਤਾ ਕਰਨ ਹੋਰ ਤੁਹਾਨੂੰ ਦਿਖਾਉਣਾ ਹੋਰ ਵੀ ਸਵਾਲ ਉੱਠਦੇ ਆ ਆ ਤਾਜ਼ਾ ਤੁਹਾਨੂੰ ਦਿਖਾਉਣਾ ਇੱਕ ਚੀਜ਼ ਆ ਦੇਖੋ ਜੀ ਪੁਲਿਸ ਕਿੱਥੇ ਆਈ ਆ ਮੈਂ ਕੱਲ ਵੀ ਵੀਡੀਓ ਪਾਈ ਸੀ ਭਰਾਵੋ ਉਹ ਬਾਬਾ ਪਖੰਡੀ ਦੇਸ਼ ਲੈ ਗਿਆ ਆ ਸੋ ਆ ਦੇਖੋ ਆ ਪੁਲਿਸ ਕਿੱਥੇ ਆਈ ਆ ਕਿਸੇ ਦੇ ਘਰੇ ਗਈ ਪੁਲਿਸ ਮਾਤੜਾਂ ਦੇ ਠੀਕ ਆ ਸੋ ਗਈ ਉਹ ਦੇਖ ਸਕਦੇ ਘਰ ਪਰਿਵਾਰ ਸਵੇਰ ਦੀ ਰੋਟੀ ਖਾ ਰਿਆ ਉਹ ਨਾਲ ਛੋਟਾ ਜਿਹਾ ਬੱਚਾ ਆ ਪੁਲਿਸ ਗਈ ਕਾਦੇ ਲਈ ਅਖੇ ਤੁਹਾਡਾ ਮੁੰਡਾ ਖਾਲਿਸਤਾਨਰ ਰੈਫਰੈਂਡਮ ਦੀਆਂ ਪੋਸਟਾਂ ਪਾਉਂਦਾ ਫੇਸਬੁੱਕ ਤੇ ਐਸੇ ਕਰਕੇ ਪੁਲਿਸ ਆਪਣਾ ਪੂਰਾ ਧਾਮ-ਜਾਮ ਲੈ ਕੇ ਚਾਰ ਬੰਦੇ ਲੈ ਕੇ ਇਹਨਾਂ ਦੇ ਘਰੇ ਗਈ ਆ ਸੋ ਦੇਖ ਸਕਦੇ ਆ ਪੁਲਿਸ ਵਾਲੇ ਨੇ ਜਾਂਦਾ ਹੀ ਸਿੱਧਾ ਹੀ ਉਹ ਮੰਜ਼ੇ ਦੇ ਬੈਠਾ ਪਰਿਵਾਰ ਸਵੇਰ ਦਾ ਟਾਈਮ ਆ ਆਪਣਾ ਰੋਟੀ ਪਾਣੀ ਖਾ ਰਿਆ ਆ ਵੀਡੀਓ ਭਾਵੇਂ ਦੇਖ ਲਓ ਪੁਲਿਸ ਵਾਲੇ ਆਉਂਦੇ ਆ ਸਿੱਧਾ ਹੀ ਜਾਂਦੇ ਹੋ ਮੁੰਡੇ ਦੇ ਫੋਨ ਨੂੰ ਪੈਂਦੇ ਆ ਹਾਂਜੀ ਸੋ ਇਹ ਜਿਹੜਾ ਵੱਡਾ ਅਫਸਰ ਉਹ ਵੀ ਬੋਲਦਾ ਕਾਦੇਲੀ ਪੁਲਿਸ ਗਈ ਸੀ ਪੀ ਰੈਫਰੈਂਡਮ 2020 ਜੇ ਸਕਰੀਏ ਆ ਇਹ ਐਕਟਿਵ ਆ ਮੁੰਡੇ ਸੋ ਇਹ ਖਾਲਸਤਾਨ ਦੀ ਗੱਲ ਕਰਦੇ ਆ ਤੇ ਆਪਾਂ ਇਹਨਾਂ ਨੂੰ ਤਾਂ ਹਾਂਜੀ ਪਰੇਸ਼ਾਨੀ ਕਰਨ ਆਏ ਆ ਭਵੇਂ ਚੱਕਿਆ ਜਾਂ ਨਹੀਂ ਚੱਕਿਆ ਬੱਕਰੀ ਗੱਲ ਆ ਕਿਸੇ ਦੇ ਕੋਈ ਪਰਿਵਾਰ ਨਿਆਣਿਆਂ ਦਾ ਸਵੇਰ ਦਾ ਟਾਈਮ ਰੋਟੀ ਖਾਂਦਾ ਹੋਵੇ ਉਦਦੇ ਬੰਦੇ ਦੇ ਹੋ ਜਾਂਦਾ ਵੀ ਯਾਰ ਆ ਗਈ ਪਾਣਾ ਵਰਤ ਗਿਆ ਹਾਂਜੀ ਕਸੂਰ ਕੀ ਕੱਢਿਆ ਗਿਆ ਖਾਲਸਤਾਨ ਦੀ ਗੱਲ ਕਰਦਾ ਆ ਕਰਨੀ ਦਰਸਕ ਦਾ ਬੰਦਾ ਸੰਵਿਧਾਨ ਦੇ ਅਨਸਾਰ ਕੋਈ ਮਾੜੀ ਗੱਲ ਨਹੀਂ ਕਰਦਾ ਜੇ ਰੈਫਰੈਂਡਮ ਦੀ ਗੱਲ ਕਰਦਾ ਆਪਾਂ ਉਹਦਾ ਵਿਰੋਧ ਨਹੀਂ ਕਰਦੇ ਪਰ ਇੱਥੋਂ ਇਹ ਵੀ ਸੋਚ ਲਓ ਵੀ ਜਿਹੜਾ ਬੰਦਾ ਮੜ ਜੀ ਪੋਸਟ ਪਾਈ ਜੀ ਨੇ ਰੈਫਰੈਂਡਮ ਦੀ 220 ਦੀ ਚਲੋ ਹੁਣ ਤਾਂ 224 ਆ ਚੱਲਾ ਆ ਸੋ ਉਹਦੇ ਘਰੇ ਪੁਲਿਸ 17 ਵਾਲੀ ਹਾਂਜੀ ਆ ਤਿੰਨ ਸਟਾਰ ਵਾਲਾ ਕਿਹੜਾ ਅਫਸਰ ਹੁੰਦਾ ਯਾਰ ਮੈਨੂੰ ਤਾਂ ਪਤਾ ਨਹੀਂ ਦੱਸਿਓ ਕਮੈਂਟਾਂ ਜੇ ਕਿਸ ਨੂੰ ਪਤਾ ਹੈ ਸਟਾਰਾਂ ਦੇ ਹਿਸਾਬ ਨਾਲ ਅਫਸਰ ਹੁੰਦੇ ਆ ਕਿੰਨਾ ਧਾਮ-ਝਾਮ ਲੈ ਕੇ ਪੁਲਿਸ ਗਈ ਆ ਇੱਕ ਘਰੇ ਨਹੀਂ 15-20 ਘਰਾਂ 'ਚ ਕੱਲ ਪੁਲਿਸ ਨੇ ਛਾਪੇ ਮਾਰੇ ਆ ਵੀ ਇਹ ਲੋਕ ਰੈਫਰੈਂ ਗੱਲ ਕਰਦੇ ਆ ਤੁਸੀਂ ਇੱਥੋਂ ਆਈਡੀਆ ਲੈ ਲਓ ਭਈ ਬਾਕੀ ਹੋਰ ਗੱਲਾਂ ਤੁਸੀਂ ਸਮਝ ਹੀ ਗਏ ਮੈਂ ਕਹਿਣਾ ਕੀ ਚਾਹੁੰਦਾ ਆ ਸਹੀ ਹੈ ਨਾ ਸੋ ਇੰਨੀ ਐਕਸਪਲੇਨ ਵਿਆਖਿਆ ਪ੍ਰਸੰਗ ਸਹਿਤ ਕਰਨ ਦੀ ਲੋੜ ਹੀ ਨਹੀਂ ਕੱਲ 15 20 ਘਰਾਂ 'ਚ ਛਾਪੇ ਮਾਰੇ ਭਈ ਇਹ ਫੇਸਬੁੱਕ ਤੇ ਖਾਲਿਸਤਾਨ ਦੀ ਗੱਲ ਕਰਦੇ ਆ ਜੋ ਕਾਨੂੰਨ ਸੰਵਿਧਾਨ ਦੇ ਅਨਸਾਰ ਕਰ ਸਕਦੇ ਆ ਪਰ ਪੁਲਿਸ ਉੱਥੇ ਕਿਉਂ ਗਈ ਆ ਤੇ ਪੁਲਿਸ ਕਈ ਪਾਸੇ ਕਿਉਂ ਨਹੀਂ ਜਾਂਦੀ ਉਹ ਤੁਹਾਨੂੰ ਵੀ ਪਤਾ ਹੀ ਆ ਸਹੀ ਹੈ ਨਾ ਸੋ ਬਾਈ ਦੀਪ ਸਿੱਧੂ ਦੇ ਬੀਰ ਜੀ ਵੀ ਇੰਟਰਵਿਊ ਦੇ ਰਹੇ ਆ ਉਧਰ ਰੀਨਾ ਰਾਏ ਬੋਲ ਰਹੀ ਹੈ ਉਧਰ ਇਹ ਭਾਜੀ ਬੋਲ ਰਹੇ ਆ ਸੋ ਹੁਣ ਬਾਈ ਜੀ ਹੁਣ ਦਰਸ਼ਕਾਂ ਤੇ ਆ ਡਿਪੈਂਡ ਤੁਸੀਂ ਦੱਸਿਓ ਕੀ ਸੋਚਦੇ ਆ ਸੋ ਹੋਰ ਵੀ ਤੁਹਾਨੂੰ ਚੀਜ਼ਾਂ ਲੈ ਕੇ ਆਉਂਗਾ ਸੋ ਹਾਂਜੀ ਸੋ ਆ ਕਲਸੀ ਬਾਰੇ ਹਾਂਜੀ ਜੇ ਕਲਸੀ ਬਾਰੇ ਜਿਹਦੇ ਕੋ ਫੋਟੋ ਮੈਂ ਹੈਗੀਆਂ ਆ ਹਾਂਜੀ ਇਹਨੇ 2500 ਤਾਂ ਇਹਨੇ ਨਾਮ ਚੇਂਜ ਕੀਤੇ ਆ ਹਨਾ ਸੋ ਜਿੱਦਾਂ ਹੁੰਦੇ ਸੀ ਪਹਿਲਾਂ ਹਾਂਜੀ ਉਹ ਕੀ ਕਹਿੰਦੇ ਹੁੰਦੇ ਆ ਤੇ ਮੌਕੀ ਦੀ ਗੱਲ ਇਹ ਆ ਬਾਈ ਜੀ ਹੁਣ ਆ ਦੇਖ ਸਕਦੇ ਆ ਸੋ ਮੁੱਕਦੀ ਗੱਲ ਆਪਾਂ ਵਿੱਚੋਂ ਦੋਨਾਂ ਤੇਰਾ ਜੋ ਕਿਸੇ ਬਾਰੇ ਨਹੀਂ ਕਿਹਾ ਤੇ ਬਾਈ ਕੌਣ ਸੱਚਾ ਆ ਕੌਣ ਝੂਠਾ ਆ ਸੋ ਹੁਣ ਕਮੈਂਟਾਂ ਚ ਦਰਸ਼ਕਾਂ ਨੇ ਪਾਰਨ ਤਾਰਾ ਕਰ ਦੇਣਾ ਕਮੈਂਟ ਜ਼ਰੂਰ ਕਰਿਓ ਜੇ ਤੁਹਾਨੂੰ ਫੀਲ ਹੁੰਦਾ ਰੀਨਾ ਰਾਏ ਸੱਚੀ ਏ ਲਿਖਿਓ ਜੇ ਫੀਲ ਹੁੰਦਾ ਫੇ ਝੂਠੀ ਆ ਦੂਜੀ ਤੇ ਸੱਚੀ ਆ ਤੇ ਬੀ ਲਿਖਿਓ ਕਮੈਂਟ ਪੜ੍ਹ ਕੇ ਕੱਲ ਨੂੰ ਮੈਂ ਵੀਡੀਓ ਕਰੂੰਗਾ ਪੀਐਨਏ ਪਰਸੈਂਟ ਰੀਨਾ ਰਾਏ ਦੇ ਹੱਕਾਂ 'ਚ ਐਨਪੀਰਸੈਂਟ ਉਹਦੇ ਵਿਰੋਧਾਂ 'ਚ ਸਪਾਰਨ ਤਾਰਾ ਹੋਈ ਜਾਣਾ ਹਾਂਜੀ ਜਦੋਂ ਹਜ਼ਾਰਾਂ ਲੱਖਾਂ ਲੋਕਾਂ ਨੇ ਕਮੈਂਟ ਕਰਨਾ ਹੈ ਫੇਰ ਤਾਂ ਕੋਈ ਹੋ ਰਹਿਣਾ ਹੀ ਨਿਕਾ ਪ੍ਰਭ ਜੇਗੀ ਕੋਈ ਜੀ ਕੋ ਵੀ ਕਲਸੀ ਦੀਆਂ ਫੋਟੋ ਮੈਨੂੰ ਜਰੂਰ ਭੇਜੇ ਫੇਸਬੁੱਕ ਪੇਜ ਤੇ ਜਿਸ ਕਿਸੇ ਨਾਲ ਵੀ ਅਸਨੇ ਠੱਗੀ ਕੀਤੀ ਹੋ ਕੋਈ ਪੀੜਤ ਵੀ ਅੱਗੇ ਆਉਣਾ ਚਾਹੁੰਦਾ ਜੀ ਸਦਕੇ ਆਵੇ ਮੀਕੇ ਨਾਲ ਜਾ ਰਹੀਆਂ ਜਾਂ ਹੋਰ ਕਿਹਨਾਂ ਨਾਲ ਜਾ ਰਹੀਆਂ ਕਿੱਦਾਂ ਪੈਸੇ ਕਮਾਏ ਆ ਸੋ ਫੋਟੋਆਂ ਜਿਨ੍ਹਾਂ ਦੇ ਕੋਲ ਹੈਗੀਆਂ ਆ ਹਾਂਜੀ ਜਿੱਦਾਂ ਵੀ ਹੁੰਦਾ ਸੀਗਾ ਹਨਾ ਕਮੇਟੀਆਂ ਪਾ ਕੇ ਪੈਸੇ ਕਮਾਉਂਦੇ ਹੁੰਦੇ ਇੰਡੀਆ 'ਚ ਚੱਲਦਾ ਉਹ ਠੱਗੀਆਂ ਨੇ ਕਿੱਦਾਂ ਕੀਤੀਆਂ ਕਿਹੜੇ-ਕਿਹੜੇ ਲਾਂ ਚੇਂਜ ਕੀਤੇ ਆ ਭੇਜਣ ਦੀ ਕਿਰਪਾਲਤਾ ਕਰਿਓ ਜੀ ਤੇ ਬਾਕੀ ਜਿਹੜੇ ਵੀ ਸੋ ਉਹੀ ਗੱਲ ਆ ਗਾਲਾਂ ਵਾਲਿਆਂ ਪੱਲੇ ਗਾਲਾਂ ਹੀ ਆ ਭਰਾਵੋ ਤੇ ਬਾਕੀ ਭੇਡਾਂ ਦੀ ਇਹ ਇਹ ਕਰਾ ਕੇ ਰੱਖਣੀ ਕਮੈਂਟ ਜ਼ਰੂਰ ਕਰਿਓ ਤੇ ਜਿਹੜੇ ਕਹਿੰਦੇ ਆਨਲਾਈਨ ਮੰਗਤਾ ਆ ਆ ਲਓ ਜੀ ਮਿਹਨਤ ਦਾ ਮੰਗਦੇ ਆ ਹਾਂਜੀ ਸੋ ਇਹਦਾ ਜਵਾਬ ਮੇਰੇ ਕੋਲ ਬਹੁਤ ਵਧੀਆ ਆ ਜਿਹੜੇ ਕਹਿੰਦੇ ਆਨਲਾਈਨ ਮੰਗਤਾ ਸਟਾਰ ਮੰਗਦਾ ਉਹ ਜਵਾਬ ਮੇਰੇ ਕੋਲ ਬਹੁਤ ਵਧੀਆ ਪਰ ਤੁਹਾ ਤੋਂ ਚੱਲ ਨਹੀਂ ਹੋਣਾ ਵਿਚਾਰਿਆਂ ਕੋ ਸਹੀ ਆ ਨਾ ਇਹ ਚੱਕਰ ਆ ਹੈ ਤੇ ਤੁਹਾਡਾ ਫਿਰ ਧਾਂਬੜ ਧਸਿਆ ਹੋ ਜਾਣਾ ਤੁਸੀਂ ਕਹਿੰਦੇ ਕੀ ਹਿੰਦਾ ਧਾਂਬੜ ਧਸਿਆ ਵੀ ਪੰਜਾਬੀ ਦਾ ਸ਼ਬਦ ਆ ਤੁਹਾਡਾ ਈਡ ਰੀਡਰ ਹੋ ਜਾਣਾ ਹੁਣ ਕਹਿੰਦਾ ਈਡਰ ਕੀ ਆ ਹੈ ਤੇ ਬਸ ਇਸ ਲਈ ਮੈਂ ਕਹਾ ਚੁੱਪੇ ਹੀ ਚੰਗੀ ਆ ਆ ਲਓ ਜੀ ਫਿਰ ਕਹਿੰਨਾ ਕਲਿੱਕਾਂ ਕਰ ਦੋ ਕਲਿੱਕਾਂ ਕਰ ਦੋ ਕਦੋਂ ਜੀ ਕਰ ਦੋ ਤੇ ਤੁਹਾਡੀ ਇੱਕ ਕਲਿੱਕ ਭੇਡ ਦੀ ਇੱਕ ਚੀਕ ਤੇ ਆਜੋਗੀ 5 ਤਰੀਕਾ ਬੈਂਕੂਵਰ ਚ ਅੱਜ ਔਰਤਾਂ ਦਾ ਮਾਰਚ ਆ ਹਾਂਜੀ ਤੇ ਉੱਥੇ ਮੈਂ ਤੁਹਾਨੂੰ ਲਾਈਵ ਦਿਖਾਉਣ ਚੱਲਾਂ ਬੈਂਕੂਵਰ ਨੂੰ ਚੱਲਾਂ ਮੈਂ ਸੋ ਹਿੰਦੀਰੇਡੀਓ.ਸੀ ਇਹ ਸਾਰੀਆਂ ਵੀਡੀਓ ਤੇ ਲਿੰਕ ਪਾਇਆ ਨਹੀਂ ਆਪਣੇ ਤੌਰ ਤੇ ਕਿਸੇ ਵੀ ਬ੍ਰਾਊਜ਼ਰ ਚ ਖੋਲ ਕੇ ਹਿੰਦੀਰੇਡੀਓ.ਸੀ ਲੌਗ ਲੱਗਾ ਸਕੁਅਰ ਹੈ ਸਾਰਾ ਕੁਝ ਸੋ ਬਾਈ ਜੀ ਦਰੇਸ਼ਨ ਦਾ ਵਿਓਚਨ ਹੈ ਜੇ ਕੋਈ ਡੋਨੇਟ ਕਰਨਾ ਚਾਹੁੰਦਾ ਲੋ ਬੈਂਕ ਦੀ ਐਡ ਆਈ ਜਾਂਦੀ ਆ ਹਾਂਜੀ ਕਾਰ ਦੀ ਨਾ ਦੇ ਦੇ ਹੁਣ ਪਤੰਦਰੋ ਲੋ ਬੈਂਕ ਦੀ ਆ ਗਈ ਕਹਿੰਦੇ ਬੈਂਕ ਚਲ ਜਾ ਪੈਸੇ ਬੋ ਆ ਗਏ ਤੈਨੂੰ ਕਲਿਕਾਂ ਨਾਲ ਲੋ ਜੀ ਸੋ ਹੋਰ ਵੀ ਕਈ ਗੱਲਾਂ ਨੇ ਮੇਰੇ ਕੋਲ ਉੱਤਰ ਤਾਂ ਹੈਗੇ ਆ ਪਰ ਆਪਾਂ ਵੀ ਫਿਰ ਟਾਈਮ ਦੇ ਅਨਸਾਰ ਜਿੱਦਾਂ ਚੱਲਦੇ ਉਦਾਂ ਹੀ ਦਵਾਂਗੇ ਸੋ ਬੜਾ ਕੁਝ ਆਪਣੇ ਕੋ ਤੇ ਓਕੇ ਜੀ ਇਦਾਂ ਕਰਕੇ ਫਿਰ ਤਾਂ ਰਿਫਰੈਸ਼ ਕਰਕੇ ਇੱਕ ਐੜ ਸਿਰੇ ਤੇ ਆਉਣੀਆਂ ਕਹਿੰਦੇ ਚੁੱਲ੍ਹੇ ਲੈ ਲਓ ਹਾਂਜੀ ਸੋ ਆਪਾਂ ਕਿਹੜਾ ਲੈਣ ਚੱਲੇ ਆ ਇੱਕਾ ਸੈਂਟਰ ਜਾਂ ਇੱਕ ਸਿਰੇ ਤੇ ਇਹਨਾਂ ਕੰਮ ਆ ਆ ਲਓ ਜੀ ਸੇਲ ਲੱਗ ਗਈ ਆ ਕਾ ਜੀ ਸੋਫਿਆ ਦੀ ਨਾ ਕਿੱਦਾਂ ਪਤਾ ਵੀ ਮੇਰੇ ਸੋਫਾ ਗੰਦਾ ਸਾਲੀ ਦਾਲ ਡੁੱਲ ਡੁੱਲ ਕੇ ਲਓ ਜੀ ਇਹਨਾਂ ਕੰਮ ਆ ਕਰ ਦਿਓ ਜੀ ਤੇ ਜਾਂਦੇ ਜਾਂਦੇ ਸਭ ਨੂੰ ਰਿਕਵੈਸਟ ਆ ਕਲਿੱਕ ਜਰੂਰ ਕਰਿਓ ਤੇ ਜਾਂਦੇ ਜਾਂਦੇ ਭੇਡਾਂ ਦਾ ਕਾਲ ਇੰਦੀ ਜ ਸਵਾਲ ਕਰਾ ਕੇ ਰੱਖਣੀ ਭੇਡਾਂ ਦੀ ਜੇ ਵੀ ਨਾਰਾ ਸੱਚੀ ਆ ਇਹ ਲਿਖਿਓ ਜੇ ਝੂਠੀ ਆ ਵੀ ਲਿਖਿਓ ਪੜਦੇ ਆ ਕਮੈਂਟ ਕੱਲ ਨੂੰ ਦੱਸਾਂਗੇ ਵੀ ਬਾਈ ਜੀ ਕੌਣ ਸੱਚਾ ਕੌਣ ਝੂਠਾ ਆਪਾਂ ਕਿਸੇ ਪੱਖ ਦੀ ਗੱਲ ਨਹੀਂ ਕੀਤੀ ਤੇ ਕਮੈਂਟ ਜਰੂਰ ਕਰਿਓ ਤੇ ਕਲਿੱਕ ਵੀ ਕਰ ਦਿਓ ਸ਼ੁਕਰੀਆ ਮਿਲਦਿਆ ਬੈਂਕੂਵਰ ਤੁਹਾਨੂੰ ਦਿਖਾਉਣੇ ਆ ਅੱਜ ਮੇਲਾ ਬਹੁਤ ਤਕੜਾ ਧੰਨਵਾਦ ਕਮੈਂਟ ਕਰਿਓ